ਮਿਹਨਤ, ਲਗਨ ਤੇ ਤਪੱਸਿਆ, ਤੇ ਉਸ ਤੋਂ ਬਾਅਦ ਜਦੋਂ ਸਫਲਤਾ ਮਿਲਦੀ ਹੈ ਤੇ ਉਸ ਦਾ ਨਜ਼ਾਰਾ ਹੀ ਕੁਝ ਹੋਰ ਹੁੰਦਾ ਹੈ। 2019 ਫਗਵਾੜਾ ਵਾਸੀਆਂ ਦੇ ਲਈ ਇੱਕ ਬਹੁਤ ਹੀ ਖੂਬਸੂਰਤ ਖਬਰ ਲੈ ਕੇ ਆਇਆ ਹੈ। ਫਗਵਾੜਾ ਦੇ ਸਿੱਖਿਆ ਖੇਤਰ ਵਿੱਚ ਜੇ ਦੇਖਿਆ ਜਾਵੇ ਤੇ ਬਹੁਤ ਵੱਡੀ ਪ੍ਰਾਪਤੀ ਗਿਣੀ ਗਈ ਹੈ ਕੈਟ 2018 ਦੀ ਪ੍ਰੀਖਿਆ ਵਿੱਚ, ਜਿਸ ਵਿੱਚ ਕੁੱਲ 209,405 ਵਿਦਿਆਰਥੀ ਬੈਠੇ ਸਨ। ਉਸ ਵਿੱਚ ਫਗਵਾੜਾ ਦੇ ਅਰਬਨ ਸਟੇਟ ਦੇ ਪਰਮਿੰਦਰ ਸਿੰਘ ਅਤੇ ਅਮਿੰਦਰ ਕੌਰ ਵਾਸੂ ਦਾ ਹੋਣਹਾਰ ਫਰਜੰਦ ਮਾਨਵਜੀਤ ਨੇ ਇੱਕ ਵਾਰ ਫਿਰ ਇੱਕ ਨਵਾਂ ਇਤਿਹਾਸ ਸਿਰਜਿਆ ਹੈ। 99.4% ਦਾ ਇੱਕ ਅੰਕ ਲੈ ਕੇ ਨਾ ਸਿਰਫ ਫਗਵਾੜਾ ਇੰਡੀਆ ਦੀਆਂ ਸੁਰਖੀਆਂ ਦਾ ਕੇਂਦਰ, ਔਰ ਅੱਜ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਫਗਵਾੜਾ ਹੈਡਲਾਈਨ ਲਾਈਵ ਦੇ ਸਰੋਤਿਆਂ ਲਈ ਅੱਜ ਅਸੀਂ ਮਨਾਉਂਦੇ ਹਾਂ ਤੁਹਾਨੂੰ ਮਾਨਵਜੀਤ ਨਾਲ। ਉਤਾਰ ਬਣ ਗਿਆ ਹੈ ਮਾਨਵਜੀਤ, ਸਭ ਤੋਂ ਪਹਿਲਾਂ ਇਟ ਵਾਜ਼ ਏ ਵੈਰੀ ਡਿਫੀਕਲਟ ਜਰਨੀ, ਐਂਡ ਵਟ ਇਜ਼ ਯੋਰ ਫਸਟ ਰਿਐਕਸ਼ਨ? ਸਰ, ਆਈ ਐਕਸਪੈਕਟਡ ਇਹ ਸਕੋਰ, ਮਤਲਬ ਮੈਨੂੰ ਉਮੀਦ ਸੀ ਕਿ ਮੈਂ ਇੰਨਾ ਸਕੋਰ ਕਰ ਪਾਵਾਂਗਾ। ਤਿਆਰੀ ਜਿੰਨੀ ਕੀਤੀ ਸੀ ਉਸ ਹਿਸਾਬ ਨਾਲ ਮੈਨੂੰ ਰਿਜ਼ਲਟ ਮਿਲਿਆ, ਬਟ ਹਾਂ ਮੈਂ ਅੱਗੇ ਹੋਰ ਇੰਪਰੂਵ ਕਰੂੰਗਾ ਕਿਉਂਕਿ ਅੱਗੇ ਅਜੇ ਜਰਨੀ ਸਟਾਰਟ ਹੋਈ ਹੈ, ਅਜੇ ਕਾਫੀ ਅੱਗੇ ਤੱਕ ਜਾਣਾ। ਮਾਨਵਜੀਤ ਦਾ ਜੋ ਸਿੱਖਿਆ ਦਾ ਇੱਕ ਸਫ਼ਰ ਸ਼ੁਰੂ ਹੁੰਦਾ ਹੈ ਸਵਾਮੀ ਸੰਤ ਦਾਸ ਪਬਲਿਕ ਸਕੂਲ ਤੋਂ, ਜਿੱਥੋਂ ਉਹਨਾਂ ਨੇ ਪਲੱਸ ਟੂ ਕੀਤੀ, ਅਤੇ ਉਸ ਤੋਂ ਬਾਅਦ ਥਾਪੜ ਇੰਜੀਨੀਅਰਿੰਗ ਕਾਲਜ, ਜੋ ਕਿ ਦੇਸ਼ ਦਾ ਇੱਕ ਨਾਮਵਰ ਕਾਲਜ ਹੈ, ਉੱਥੋਂ ਉਹਨਾਂ ਨੇ ਮਕੈਨੀਕਲ ਦੇ ਵਿੱਚ ਬੀ ਟੈਕ ਮਕੈਨੀਕਲ ਕੀਤੀ, ਔਰ ਉਸ ਤੋਂ ਬਾਅਦ ਉਹ ਵੱਡੀ ਕੰਪਨੀ ਦੇ ਵਿੱਚ ਇੱਕ ਜੋ ਹੈ ਇਸ ਵੇਲੇ ਅਸਿਸਟੈਂਟ ਮੈਨੇਜਰ ਦੇ ਤੌਰ 'ਤੇ ਸੇਵਾ ਨਿਭਾ ਰਿਹਾ ਸੀ। ਕਿਵੇਂ ਹੋਇਆ, ਨੌਜਵਾਨ ਪੀੜ੍ਹੀ ਨੂੰ ਹੁੰਦਾ ਕਿ ਪੈਸੇ ਮਿਲ ਰਹੇ ਆ, ਤੁਸੀਂ ਪੈਸੇ ਛੱਡ ਕੇ ਦੁਬਾਰਾ ਫਿਰ ਤਪੱਸਿਆ ਵੱਲ ਪੈ ਗਏ? ਸਰ, ਮੈਂ ਬਚਪਨ ਤੋਂ ਹੀ ਜਿਹੜੇ ਵੀ ਟੈਕਨੀਕਲ ਪ੍ਰੋਜੈਕਟਸ ਕੀਤੇ ਹੈ ਉਹਦੇ ਨਾਲ ਮੈਨੂੰ ਇਹਨੂੰ ਪਤਾ ਲੱਗ ਗਿਆ ਸੀ ਕਿ ਮੈਨੇਜੀਰੀਅਲ ਹੋਣਾ ਬਹੁਤ ਜ਼ਰੂਰੀ ਹੈ। ਇਸ ਟਾਈਮ ਵੀ ਕਿਉਂਕਿ ਮੈਂ ਮੈਨੇਜਮੈਂਟ ਦੀ ਜੋਬ ਕਰ ਰਿਹਾ, ਸੋ ਸਿਰਫ ਟੈਕਨੀਕਲ ਨੌਲੇਜ ਕਾਫੀ ਨਹੀਂ ਸੀ ਗਰੋਥ ਲਈ ਵੀ, ਪਲੱਸ ਕੰਪਨੀ ਦੀ ਗਰੋਥ ਲਈ ਵੀ। ਸੋ ਇਸ ਲਈ ਮੇਰਾ ਡਿਸੀਜ਼ਨ ਜੋਬ ਕਰਦੇ ਕਰਦੇ ਬਣਿਆ ਸੀ, ਮੈਂ ਪਹਿਲਾਂ ਕੋਈ ਡਿਸੀਜ਼ਨ ਨਹੀਂ ਲਿਆ ਸੀ। ਸੋ ਜੋਬ ਕਰਦੇ ਕਰਦੇ ਮੈਂ ਡਿਸਾਈਡ ਕੀਤਾ ਕਿ ਕੈਟ ਤੋਂ ਵਧੀਆ MBA ਕਰਨ ਲਈ ਕੋਈ ਆਪਸ਼ਨ ਨਹੀਂ ਇੰਡੀਆ 'ਚ। ਸੋ ਮੈਂ ਉਸ ਟਾਈਮ ਡਿਸਾਈਡ ਕੀਤਾ ਕਿ ਹਾਂ IIM ਤੋਂ ਹੀ MBA ਕਰਨੀ ਹੈ। ਡੇਢ ਸਾਲ ਬੜਾ ਔਖਾ ਹੁੰਦਾ, ਤੁਸੀਂ ਅਕੈਡਮਿਕ ਛੱਡ ਚੁੱਕੇ ਹੁੰਦੇ ਆ ਬੀਟੈਕ ਤੋਂ ਬਾਅਦ, ਦੁਬਾਰਾ ਫਿਰ ਕਿਤਾਬਾਂ ਦੇ ਨਾਲ ਜੂਝਣਾ, ਦੁਬਾਰਾ ਫਿਰ ਇੱਕ IIM ਇੱਕ ਬਹੁਤ ਵੱਡਾ ਕੈਟ, ਇੱਕ ਬਹੁਤ ਵੱਡਾ ਕੰਪੀਟੀਸ਼ਨ ਹੈ, 2 ਲੱਖ ਬਹੁਤ ਬੱਚੇ ਉਹ ਹੁੰਦੇ ਆ ਜਿਹੜੇ ਐਕਸਟਰਾ ਆਰਡੀਨਰੀ ਬੱਚੇ ਹੁੰਦੇ ਆ। ਇਹ ਸਾਰੀ ਜਰਨੀ ਜਿਹੜੀ ਆ ਤੁਹਾਡੀ ਕਿੱਦਾਂ ਦੀ ਰਹੀ? ਸਰ, ਜਰਨੀ ਸਟਾਰਟਿੰਗ ਤੋਂ ਥੋੜ੍ਹੀ ਟਫ ਹੁੰਦੀ ਹੈ ਕਿਉਂਕਿ ਜਿੱਦਾਂ ਤੁਸੀਂ ਕਿਹਾ ਡੇਢ ਸਾਲ ਕਾਫੀ ਟਾਈਮ ਹੋ ਗਿਆ ਸੀ, ਮੈਂ ਪੜ੍ਹਿਆ ਨਹੀਂ ਸੀਗਾ। ਸੋ ਮੈਂ ਇੱਦਾਂ ਹੀ ਸਟਾਰਟ ਕੀਤਾ, ਪਹਿਲੇ ਇੱਕ ਸੈਂਪਲ ਪੇਪਰ ਦਿੱਤਾ ਸੀ ਕੈਟ ਦਾ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਚੈੱਕ ਕਰਨ ਲਈ ਕਿ ਸਿਲੇਬਸ ਕੀ ਹੈ। ਮੈਨੂੰ ਪਤਾ ਕਿ ਮੇਰੇ ਸਿਰਫ 47% ਆਏ ਸੀ ਪਹਿਲੇ ਐਗਜ਼ਾਮ 'ਚ, ਮੇਰੇ ਕੋਲ ਸਿਰਫ 4 ਮਹੀਨੇ ਦਾ ਟਾਈਮ ਸੀ, ਬਟ ਮੈਂ ਇਹ ਡਿਸਾਈਡ ਕੀਤਾ ਸੀ ਕਿ 4 ਮਹੀਨੇ 2 ਘੰਟੇ ਪੜ੍ਹਨ ਨਾਲੋਂ 4 ਮਹੀਨੇ 12 ਘੰਟੇ ਪੜ੍ਹ ਕੇ ਮੈਂ ਉਹਨੂੰ 1 ਸਾਲ ਜਿੰਨਾ ਬਣਾ ਸਕਦਾ। ਸੋ ਮੈਂ ਉਹੀ ਸਟ੍ਰੈਟੇਜੀ ਯੂਜ਼ ਕੀਤੀ। ਪਹਿਲੇ ਪੇਪਰ ਤੋਂ ਮੈਨੂੰ ਇਹ ਆਈਡੀਆ ਹੋ ਗਿਆ ਕਿ ਹਾਂ ਇਹ ਸਭ ਕੁਝ ਕਦੀ ਨਾ ਕਦੀ ਮੈਂ ਪੜ੍ਹਿਆ ਜਾਂ ਦੇਖਿਆ ਹੋਏਗਾ। ਸੋ ਬੁੱਕਸ ਖਰੀਦੀਆਂ, ਬਸ ਉਸ ਤੋਂ ਬਾਅਦ ਮੇਰੀ ਜਰਨੀ ਆਪਣੇ ਆਪ ਮੈਨੂੰ ਉੱਥੇ ਤੱਕ ਲੈ ਗਈ। ਸਰ, ਅੱਛਾ, ਕਈ ਵਾਰ ਲੱਗਾ ਨਹੀਂ ਕਿ ਮਾਨਵਜੀਤ ਤੇ ਹੋ ਨਹੀਂ ਸਕਦਾ, ਤੇਰੇ ਕੋਲ ਬਹੁਤ ਕੰਪੀਟੀਸ਼ਨ ਆ, ਇਦਾਂ ਦਾ ਦਿਮਾਗ ਦੇ ਵਿੱਚ ਆਇਆ? ਸਰ, ਪਹਿਲੇ 2 ਮਹੀਨੇ ਮਤਲਬ ਆਲ ਇੰਡੀਆ ਐਗਜ਼ਾਮਸ ਹੁੰਦੇ ਰਹਿੰਦੇ ਆ, ਜਿੱਦਾਂ ਟਾਈਮ ਅਕੈਡਮੀ ਹੋ ਗਈ, IIMS ਹੋ ਗਈ, ਤਾਂ ਮੈਂ ਉਹਨਾਂ ਨੂੰ ਸਬਸਕ੍ਰਾਈਬ ਕੀਤਾ ਸੀ। ਮੇਰਾ ਰੈਂਕ ਕਾਫੀ ਪਿੱਛੇ 6-7 ਹਜ਼ਾਰ ਵੀ ਆਉਂਦਾ ਰਿਹਾ, ਤਾਂ ਉਦੋਂ ਇਹੀ ਸੀਗਾ ਕਿ ਸ਼ਾਇਦ ਅਜੇ ਮੈਂ ਸਿਲੇਬਸ ਨਹੀਂ ਖਤਮ ਕਰ ਪਾਇਆ, ਇਸ ਲਈ ਮੈਂ ਕਾਫੀ ਮੋਟੀਵੇਸ਼ਨਲ ਸਪੀਚਸ ਸੁਣਦਾ ਸੀਗਾ, ਬਾਕੀ ਮੇਰੇ ਨਾਨਾ ਜੀ ਤੇ ਪੂਰੀ ਫੈਮਿਲੀ ਦੀ। ਮੈਂ ਉਹੀ ਕਹਿ ਰਿਹਾ ਕਿ ਅਸੀਂ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਕਿ ਇਹੋ ਜਿਹੀ ਇੱਕ ਬਹੁਤ ਹੀ ਸਿਰਦੀ ਪਰਿਵਾਰ ਦੇ ਨਾਲ ਸੰਬੰਧਿਤ ਹੈ ਮਾਨਵਜੀਤ। ਉਹਨਾਂ ਦੇ ਨਾਨਾ ਜੀ ਜਿਹੜੇ ਆ, ਉਹਨਾਂ ਨੇ ਇੱਕ ਸੈਲਫ ਮੇਡ, ਇੱਕ ਆਪਾਂ ਪਰਸਨੈਲਿਟੀ, ਔਰ ਪੂਰਾ ਜੇ ਆਪਾਂ ਪੰਜਾਬ ਹੀ ਨਹੀਂ ਬਲਕਿ ਇੱਕ ਅੰਤਰਰਾਸ਼ਟਰੀ ਫਿਗਰ ਨੇ ਜਿੱਥੋਂ ਤੱਕ ਗੁਰਮਤ ਧਾਰਮਿਕ ਖੇਤਰ ਦਾ ਗੱਲ ਹੈ, ਡਾਕਟਰ ਇੰਦਰਜੀਤ ਵਾਸੂ, ਜਿਹੜੇ ਕਿ ਆਲ ਓਵਰ ਵਰਲਡ ਦੇ ਵਿੱਚ ਉਹਨਾਂ ਨੂੰ ਐਜ਼ ਏ ਪ੍ਰਚਾਰਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਔਰ ਉਹਨਾਂ ਦਾ ਜੇ ਸਫ਼ਰ ਦੇਖੀਏ ਕਲਰਕ ਤੋਂ ਲੈ ਕੇ PhD ਤੱਕ ਦਾ ਸਫ਼ਰ ਕੀਤਾ, ਇਹ ਜੋ
ਫੈਮਿਲੀ ਦੀ ਬੈਕਗਰਾਊਂਡ ਸੀ, ਕਿੰਨਾ ਕੁ ਨੇ ਤੁਹਾਡੇ 'ਤੇ ਜਿਹੜਾ ਉਹਦਾ ਰਿਜ਼ਲਟ ਦੇਣ ਲੱਗੇ ਅਸਰ ਪਾਇਆ? ਸਰ ਸਾਰਾ ਫੋਕਸ ਹੀ ਇੱਥੋਂ ਆਇਆ ਜੀ, ਕਿਉਂਕਿ ਨਾਨਾ ਜੀ ਇਸ ਟਾਈਮ ਵੀ ਕਾਫੀ ਪੜ੍ਹਦੇ ਰਹਿੰਦੇ ਆ ਮੇਰੇ ਨਾਲ, ਮੰਮਾ ਕੁਛ ਨਾ ਕੁਛ ਲਿਖਦੇ ਰਹਿੰਦੇ ਆ, ਪਾਪਾ ਨੇ ਉੱਦਾਂ ਹਮੇਸ਼ਾ ਸਪੋਰਟ ਦਿੱਤੀ ਹੈ, ਕਿਤੇ ਆਉਣਾ ਜਾਣਾ, ਕੋਚਿੰਗ ਲੈਣੀ ਹੈ, ਹਮੇਸ਼ਾ ਨਾਲ ਸਪੋਰਟ ਹੈ ਹਰ ਇੱਕ ਦੀ, ਮਾਮਾ ਜੀ ਮਾਮੀ ਜੀ, ਕਿਉਂਕਿ ਸਾਰੇ ਟੀਚਿੰਗ ਬੈਕਗਰਾਊਂਡ ਤੋਂ ਹੈ, ਆਫਿਸਰਸ ਹੈ, ਤਾਂ ਉਹਨਾਂ ਨੂੰ ਨੌਲੇਜ ਹੈ ਕਿ ਹਾਂ ਇਸ ਫੀਲਡ ਦੀ ਇੰਪੋਰਟੈਂਸ ਕਿੰਨੀ ਹੈ। ਸੋ ਕਦੀ ਇਹ ਫੀਲ ਨਹੀਂ ਹੋਣ ਦਿੱਤਾ ਕਿ ਹਾਂ ਮੈਂ ਜੋਬ ਤੋਂ ਛੱਡ ਕੇ ਕੁਛ ਬਾਹਰ ਤੋਂ ਕਰ ਰਿਹਾ, ਕਿਉਂਕਿ ਸਾਰਿਆਂ ਨੂੰ ਪਤਾ ਇੱਥੇ ਗਰੋਥ ਕਿੰਨੀ ਮਿਲੇਗੀ। ਸੋ ਹਰ ਇੱਕ ਨੇ ਸਪੋਰਟ ਦਿੱਤੀ ਹੈ। ਨਾਨਾ ਜੀ ਨਾਨੀ ਮਾਂ ਦੇ ਘਰ ਹੋਣ ਨਾਲ ਮੈਨੂੰ ਇਹ ਸੀਗਾ ਕਿ ਮੈਂ ਹਮੇਸ਼ਾ ਆਪਣਾ ਰੂਮ ਬੰਦ ਕਰਕੇ ਐਗਜ਼ਾਮ ਦੇ ਪਾਉਂਦਾ ਸੀ, ਮੈਨੂੰ ਕਿਸੇ ਹੋਰ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ ਸੀ। ਪਰਮਿੰਦਰ ਸਾਡੇ ਕੋਲ ਨੇ, ਪਰਮਿੰਦਰ ਜੀ ਜਿਹੜੇ ਕਿ ਫਾਦਰ ਨੇ ਮਾਨਵਜੀਤ ਦੇ, ਮੁੰਡਾ ਕਮਾਉਣ ਲੱਗ ਪਿਆ ਔਰ ਬਹੁਤ ਜ਼ਿਆਦਾ ਕਮਾਉਣ ਲੱਗ ਪਏਗਾ, ਜਿੱਦਾਂ ਸਾਨੂੰ ਲੱਗਦਾ ਲੱਖਾਂ ਵਿੱਚ ਹੋ ਸਕਦਾ ਕਰੋੜਾਂ ਵਿੱਚ ਵੀ ਜਾਵੇ, ਕਿੱਦਾਂ ਦਾ ਲੱਗ ਰਿਹਾ ਜੀ? ਬਹੁਤ ਵਧੀਆ ਜੀ, ਬੱਚੇ ਦੀ ਮਿਹਨਤ ਹੈ ਆਪਣੀ, ਜੋ ਵੀ ਇਹ ਕਰ ਰਿਹਾ ਅਸੀਂ ਇਹਦੇ ਨਾਲ ਹਰ ਵੇਲੇ ਹਰ ਟਾਈਮ ਜਿੱਦਾਂ ਦੀ ਵੀ ਸਪੋਰਟ ਸਾਡੇ ਕੋਲ ਚਾਹੁੰਦਾ ਅਸੀਂ ਇਹਨੂੰ ਜ਼ਰੂਰ ਦਿਆਂਗੇ। ਉਹਨਾਂ ਦੀ ਮਦਰ ਸਾਡੇ ਨਾਲ ਨੇ, ਸਰੋਤਿਆਂ ਨੂੰ ਉਹਨਾਂ ਦਾ ਵੀ ਦਿਖਾਵਾਂ, ਕਿੱਦਾਂ ਦਾ ਲੱਗਾ ਜਦੋਂ ਰਿਜ਼ਲਟ ਆਇਆ ਮਾਨਵਜੀਤ ਦਾ ਔਰ ਅੱਛਾ ਭਲਾ ਨੌਕਰੀ ਕਰ ਰਿਹਾ ਸੀ, ਅਸਿਸਟੈਂਟ ਮੈਨੇਜਰ ਸੀ ਇੱਕ ਬਹੁਤ ਵੱਡੀ ਕੰਪਨੀ ਦੇ ਵਿੱਚ, ਦੁਬਾਰਾ ਫਿਰ ਉਹ ਜਿਹੜਾ ਪੜ੍ਹਾਈ ਦੇ ਵੱਲ ਆਇਆ, ਕਿਸ ਤਰ੍ਹਾਂ ਦਾ ਲੱਗਾ ਔਰ ਫੈਮਿਲੀ ਵੱਲੋਂ ਤੁਸੀਂ ਕਿੱਦਾਂ ਦਾ ਸਹਿਯੋਗ ਦਿੱਤਾ? ਦੇਖੋ ਇੱਕ ਵਾਰੀ ਤਾਂ ਸਾਨੂੰ ਬੜਾ ਅਜੀਬ ਲੱਗਿਆ ਸੀ ਜਦੋਂ ਇਹਨੇ ਡਿਸੀਜਨ ਲਿਆ ਕਿ ਮੈਂ ਜੋਬ ਛੋੜਾਂਗਾ, ਤੇ ਸਾਨੂੰ ਇੱਕ ਵਾਰੀ ਬੜਾ ਪੇਨਫੁਲ ਲੱਗਿਆ ਕਿਉਂਕਿ ਅਸੀਂ ਅੱਗੋਂ ਨਹੀਂ ਜਾਣਦੇ ਸੀ। ਕਈ ਵਾਰੀ ਅਸੀਂ ਬੱਚਿਆਂ ਨੂੰ ਕਈ ਵਾਰੀ ਓਵਰ ਐਸਟੀਮੇਟ ਕਰਦੇ ਹਾਂ ਤੇ ਕਈ ਵਾਰੀ ਅੰਡਰ ਐਸਟੀਮੇਟ ਵੀ ਕਰਦੇ ਹਾਂ। ਅਸੀਂ ਇੰਨੀ ਸਫਲਤਾ ਸੋਚੀ ਨਹੀਂ ਸੀ, ਪਰ ਉਹਨੂੰ ਪਤਾ ਸੀ, ਮਾਨਵ ਨੇ ਹਮੇਸ਼ਾ ਸਾਨੂੰ ਇਹੀ ਕਿਹਾ ਕਿ ਮੈਂ ਤੁਹਾਨੂੰ ਅਗਲੀ ਪਿਕਚਰ ਕਿਵੇਂ ਦਿਖਾਵਾਂ। ਮੈਨੂੰ ਪਤਾ ਕਿ ਮੈਂ ਕਹਿੰਦਾ ਮਨ ਵਿੱਚ ਪਿਕਚਰ ਦੇ ਮਨ 'ਚ ਬਿਲਕੁਲ ਕਲੀਅਰ ਸੀ। ਉਹਨੇ ਬਿਲਕੁਲ ਕਿਹਾ ਸੀ ਕਿ ਇੱਕ ਦਿਨ ਆਏਗਾ ਸਭ ਤੋਂ ਜ਼ਿਆਦਾ ਖੁਸ਼ ਤੁਸੀਂ ਹੋਵੋਗੇ ਤੇ ਲੱਡੂ ਵੀ ਤੁਸੀਂ ਹੀ ਵੰਡੋਗੇ। ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਮਾਮੀ ਜੀ ਉਹ ਲੱਡੂ ਵੰਡੇ ਤੁਸੀਂ? ਸਾਨੂੰ ਬਹੁਤ ਅੱਛਾ ਲੱਗ ਰਿਹਾ, ਇਸ ਬੱਚੇ ਨੇ ਪ੍ਰੂਵ ਕਰਕੇ ਦਿਖਾਇਆ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਔਰ ਸਾਰੇ ਬੱਚਿਆਂ ਲਈ ਇੱਕ ਇੰਸਪੀਰੇਸ਼ਨ ਦਾ ਸੋਰਸ ਬਣਿਆ ਔਰ ਸਾਡੀਆਂ ਬਲੈਸਿੰਗਸ ਹਮੇਸ਼ਾ ਇਹਦੇ ਨਾਲ। ਮਾਤਾ ਜੀ ਕਿਸ ਤਰ੍ਹਾਂ ਲੱਗਦਾ ਮਾਨਵ ਜੀ ਸ਼ੁਰੂ ਤੋਂ ਇੰਟੈਲੀਜੈਂਟ ਆ, ਸਕੂਲ ਦੇ ਵਿੱਚ ਉਹ ਐਕਸਟਰਾ ਐਕਟੀਵਿਟੀ ਸੀ ਉਹਦੀ, ਹੈੱਡ ਬੋਏ ਰਿਹਾ ਉਹ ਸਕੂਲ ਦਾ, ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ? ਤੁਸੀਂ ਤਾਂ ਪਾਲਣ ਪੋਸ਼ਣ ਉਹਨਾਂ ਦਾ ਕੀਤਾ, ਕਿਸ ਤਰ੍ਹਾਂ ਦਾ ਲੱਗਦਾ ਸੀ ਤੁਹਾਨੂੰ? ਸ਼ੁਰੂ ਤੋਂ ਹੀ ਸਾਨੂੰ ਲੱਗਦਾ ਸੀ ਕਿ ਇਹ ਹੀਰਾ ਆ ਸਾਡੀ ਫੈਮਿਲੀ ਦਾ ਔਰ ਨਰਸਰੀ ਤੋਂ ਲੈ ਕੇ ਹੁਣ ਤੱਕ ਟੋਪਰ ਹੀ ਰਿਹਾ, ਇੱਥੇ ਵੀ ਟੋਪਰ ਰਿਹਾ, ਹੁਣ ਉੱਥੇ ਜਾ ਕੇ ਵੀ ਔਰ ਥਾਪਰ 'ਚ ਵੀ ਇਹਨੇ ਆਪਣਾ ਨਾਮ ਕਮਾਇਆ, ਸਾਰੀਆਂ ਐਕਟੀਵਿਟੀਜ਼ 'ਚ ਅੱਗੇ ਰਿਹਾ ਸਭ ਪਾਸੇ, ਸਾਨੂੰ ਇਹ ਹੀ ਇਜ਼ ਦ ਪਰਲ ਆਫ ਅਵਰ ਫੈਮਿਲੀ। ਮਾਨਵਜੀਤ ਅੱਜ ਇੱਕ ਪ੍ਰੇਰਣਾ ਬਣਿਆ ਹੈ ਫਗਵਾੜਾ ਦੇ ਉਹਨਾਂ ਬੱਚਿਆਂ ਦੀ ਜੋ ਕੈਟ ਐਗਜ਼ਾਮੀਨੇਸ਼ਨ ਦੇਣਾ ਚਾਹੁੰਦੇ ਨੇ ਔਰ ਜੋ IIM ਜਿਹਨਾਂ ਦਾ ਸੁਪਨਾ ਹੈ। ਅੱਜ ਜੋ ਮਾਨਵਜੀਤ ਦੀਆਂ ਸਪੀਚਾਂ ਹੈ ਉਹ ਬਾਕੀਆਂ ਦੇ ਲਈ ਪ੍ਰੇਰਣਾ ਸਰੋਤ ਹੋਊਗਾ ਦੀ ਫਗਵਾੜਾ ਹੈਡਲਾਈਨ ਲਾਈਵ ਵੱਲੋਂ, ਜਿੱਥੇ ਅਸੀਂ ਮਾਨਵਜੀਤ ਦੀ ਸਮੁੱਚੀ ਫੈਮਿਲੀ ਨੂੰ, ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਹਾਂ। ਉੱਥੇ ਨਾਲ ਹੀ ਆਸ ਕਰਦੇ ਹਾਂ ਕਿ ਦੇਸ਼ ਦੇ ਨਾਮੀ IIM ਇੰਸਟੀਚਿਊਟ ਵਿੱਚ ਜਾ ਕੇ ਮਾਨਵਜੀਤ ਇਸੇ ਤਰ੍ਹਾਂ ਫਗਵਾੜਾ ਦਾ ਨਾਂ ਰੋਸ਼ਨ ਕਰੇ। ਕੈਮਰਾਮੈਨ ਰਕੇਸ਼ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ।